আসসালামু আলাইকুম جی کیسے ہیں اپ سب ٹھیک ٹھاک ہیں سب سے پہلے تو اپ لوگوں کی عید کیسی گزری ہماری تو عید بہت ہی بور گزری ہے اور اس کے ساتھ ساتھ اپ نے تھمب نیل پہ بھی دیکھ ہی لیا ہوگا میرا دکھڑا اج کا کہ نائی بھی اپے تے قصائی بھی اپے تو نائی بنا تے ਤੁਸੀਂ ساڈا ویکھ ہی لو نا کہ اسی جدوں دے ایتھے جرمنی آئے ہیں نا بہتہ کر کے اسی نائی بنا اپے کارر لینے ہیں بجائے دے کہ اسی آ کے کہ جی ہُن نائی کڑ جاؤ تے اوتھے 12 یورو 18 یورو 30 یورو 25 یورو پار کے آؤ तो वो नो बेहतर यही है यह कि असि घर ही बाल काट लेने हैं हाँ जब ये है कि मेरे मियाँ घर ना उनके पास टाइम ना हो बाल कटवाने का ना टाइम लगे अशद मजबूरी की सूरत में जो है ना वो हम लोग जाते हैं नाई के पास ना तो पहली तो ये आप लोगों से रिक्वेस्ट है कि वीडियो जो है ना वो स्किप ना कीजिएगा बिल्कुल भी आपके लिए आज की वीडियो बड़ी मज़े की होने वाली है तड़ 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 करके के मैंने बोलना है तो बोलती मैं इसलिए तेज़ तेज हूँ कि आप वीडियो ना लंबी हो जाए फिर भी मेरी बातें आधी मेरे पेट में रह जाती है और वीडियो जो है ना वो ख़त्म हो जाती है ਬਹਿਰhaal ਜੀ ਇਹ ਤੇ ਹੋਇਆ ਸੀ ਮੇਰਾ ਇੱਕ ਦੁਖੜਾ ਦੂਸਰਾ ਦੁਖੜਾ ਮੇਰਾ ਇਹ ਵੇ ਕਿ ਜਦੋਂ ਤੁਸੀਂ ਯੂਰਪ ਆਂਦੇ ਹੋ ਨਾ ਪਰਦੇਸ 'ਚ ਰਹਿੰਦੇ ਹੋ ਨਾ ਤੇ ਤੁਹਾਨੂੰ ਬੜੇ ਸਾਰੇ ਕੰਮ ਜੜੇ ਨੇ ਨਾ ਉਹ ਤੁਹਾਨੂੰ ਪਕਰਨੇ ਪੈ ਜਾਂਦੇ ਨੇ ਜਿਹੜੇ ਤੁਸੀਂ ਕਦੀ ਜ਼ਿੰਦਗੀ 'ਚ ਹੀ ਨਹੀਂ ਸੋਚਿਆ ਹੁੰਦਾ ਕਿ ਤੁਹਾਨੂੰ ਇਹ ਕੰਮ ਜੜੇ ਨੇ ਕਰਨੇ ਪੈਣਗੇ ਤਾਂ ਉਸ ਵਿੱਚੋਂ ਜੋ ਸਭ ਤੋਂ ਵੱਡੇ ਵੱਲੇ ਕੰਮ ਹਨਾ ਉਹ ਏਹੀ ਹੈ ਕਿ ਇੱਕ ਤਾਂ ਜੋ ਹੈ ਨਾ ਉਹ ਆਪਕੋ ਬਾਲ ਜੋ ਹੈ ਨਾ ਮੁੰਮੇ ਐ ਤੋਂ ਨਹੀਂ ਕਰਵਾ ਸਕਤੀ ਮੈਂ ਜਿੰਨੀ ਦਫਾ ਬੱਚੋ ਕੋ ਬਾਲ ਕਟਵਾਉਣੇ ਕੇ ਲੀਏ ਲੈ ਕੇ ਜਾਂਦੀ ਹੂ ਨਾ ਅਭੀ ਤੱਕ ਮੁਝੇ 5 ਸਾਲ ਹੋ ਗਏ ਹੈ ਯਕੀਨ ਕਰੇ ਯਹਾਂ ਪੇ ਜਰਮਨੀ ਆਏ ਵੇ لیکن پھر بھی ابھی تک میری وہ والی عادت نہیں جا رہی کہ سب سے پہلے میں نے یورو کو نہ روپے میں کنورٹ کرنا ہوتا پھر میرا دل بند ہون نو آ جندا ہے کہ ہائے لمیاں انے پیسے بانیے نے لو پاکستان تے 50 روپے دے کے ایسی واڑ بنوا لینے 700 روپے دے کے واڑ بنوا لینے سر اس کرکے میں اوائیڈ ہی کرنی ہے نائیاں کول جانا ہاں جدوں عشد مجبورے اُدوں میں کہنی ہے کہ چلو اج پتر 12 18 یورو دی جڑی ہے نا قربانی دے ہی لینے ہاں چلو اناں تے پھر ہن کر لینے ہیں نا थे नहीं तो कुरबानी देना जड़ा ना वो मेरे लिए जड़ा ना नाई को कोर्बानी देना मेरे को बड़ा ही औखा है तो ये देखें अब तो मेरे मियाँ साहब भी जो है ना अच्छे खासे एक्सपर्ट हो गए हैं कटिंग करने में तो अब आपने ज़रूर बताना है कि कैसी उन्होंने कटिंग की है तो अब स्टार्ट करते हैं जी मेरा दूसरा दुखड़ा मेरा दूसरा दुखड़ा जो है ना वो उसने पहले तो मुझे काफ़ी परेशान किए रखा कि तो शुरू शुरू में जब मैं यहाँ पर आई थी तो मेरे हस्बैंड ही हम मुझे गोश्त बना के दे दिया करते थे यानी कि मैं गोश्त ले आना ਉਹਨਾਂ ਨੇ ਕੀ ਕਰਨਾ ਜੀ گوشਤ ਮੈਂ ਰੱਖਣਾ ਫ੍ਰੀਜ ਦੇ ਵਿੱਚ ਜਦੋਂ ਉਹਨਾਂ ਨੇ ਕੰਮ ਤੋਂ ਵਾਪਸ ਆਣਾ ਉਦੋਂ ਉਹਨਾਂ ਨੇ ਮੈਨੂੰ گوشਤ ਬਣਾ ਦਿਆ ਕਰਨਾ ਫਿਰ ਉਹਨਾਂ ਵਿਚਾਨੇ ਦਾ ਕਈ ਤੇਰੀ ਨਾ ਵੀ ਟਾਈਮ ਲੱਗਣਾ ਫਿਰ ਮੈਂ ਸੋਚਿਆ ਕਿ ਹੌਲੀ ਹੌਲੀ ਜਿਹੜਾ ਹੈ ਨਾ ਇਹ ਚਲੋ ਜੀ ਆਪੇ ਹੀ ਇਹ ਕਮਰ ਕਾਸ ਲੈਣੇ ਆ ਤੇ ਉਹਦੇ ਲਈ ਸਭ ਤੋਂ ਓਖਾ ਕੰਮ ਜਿਹੜਾ ਹੈ ਨਾ ਤੁਹਾਨੂੰ ਇੱਥੇ گوشਤ ਜਿੰਨੀ ਵਾਰੀ ਵੀ ਤੁਸੀਂ ਲੈਣਾ ਜਿਹੜਾ ਮਰਜ਼ੀ ਤੁਸੀਂ گوشਤ ਲੈਣਾ ਨਾ ਯਾਨੀ ਕਿ ਚਿਕਨ ਦਾ ਉਹਨਾਂ ਨੂੰ ਉਹਦੀ ਖਾਲਸ ਮੇਤ ਹੀ ਮਿਲਦਾ ਹੈ ਕਦੀ ਵੀ ਕਰਮਾਂ ਵਾਲੇ ਜਿਹੜੇ ਨੇ ਨਾ ਸਾਫ਼ ਕਰਕੇ ਨਹੀਂ ਗੋਸ਼ ਦਿੰਦੇ ਭਾਵੇਂ ਤੁਸੀਂ ਸਾਲਾ ਮੁਰਗੀ ਲਓ ਭਾਵੇਂ ਤੁਸੀਂ ਲੈ ਕੇ ਪੀਸ ਲਓ ਲੈਗ ਪੀਸ ਦੇ ਵੀ ਅਗੂ ਅਗਰ ਛੋਟੇ ਛੋਟੇ ਟੋਟੇ ਉਹਨਾਂ ਨੇ ਕੀਤੇ ਹੁੰਦੇ ਨਾ ਬੋਟੀਆਂ ਉਹ ਵੀ ਤਾਂ ਸਕਿੰਦੇ ਨਾਲ ਹੀ ਮਿਲਦੀਆਂ ਨੇ ਜੀ ਤਾਂ ਸਟੋਰੀ ਮੇਰੀ ਇਹ ਹੈ ਕਿ ਸਭ ਤੋਂ ਪਹਿਲੇ ਜਦ ਮੇਰੇ ਗੋਸ਼ਤ ਬਣਾਉਣਾ ਸ਼ੁਰੂ ਕੀਤਾ ਨਾ ਤਾਂ ਸਭ ਤੋਂ ਮੇਰੇ ਲਈ ਜੋ ਬੜੀ ਮੁਸੀਬਤ ਸੀ ਨਾ ਉਹ ਇਹ ਸੀ ਕਿ ਮੇਰੇ ਖਾਲ ਨਹੀਂ ਉਤਾਰਨੀ ਆਉਂਦੀ ਸੀ ਹੁਣ ਵੇਖੋ ਨਾ ਪਾਕਿਸਤਾਨ ਤੇ ਅਸੀਂ ਜਾਂਦੇ ਹਾਂ ਕਸਾਈਆਂ ਕੋਲ ਪਾਈਆਂ ਕੋਲ ਵਿਚਾਰਿਆਂ ਕੋਲ ਉਹਨਾਂ ਨੂੰ ਕਹਿੰਦੇ ਆ ਭਾਈ ਇੰਨਾ ਗੋਸ਼ਤ ਤੋਲ ਉਹ ਜਰਾ ਸਾਫ ਸੁਥਰਾ ਕਰਕੇ ਤੁਹਾਡੇ ਹੱਥ ਗੋਸ਼ਤ ਪੜਾਉਂਦਾ ਤੁਸੀਂ ਚੁੱਕ ਕਰਕੇ ਥੈਲੀ ਫਾੜਦੇ ਹੋ ਤੇ ਘਰ ਲੈ ਆਉਂਦੇ ਹੋ ਪਰ ਇੱਥੇ ਇਹ ਹਾਲ ਨਹੀਂ ਹੈ ਇੱਥੇ ਤੁਹਾਨੂੰ ਆਪ ਹੀ ਬਣਾਉਣਾ ਪੈਂਦਾ ਤੁਸੀਂ ਮੱਛੀ ਵੀ ਲੈ ਆਣੀ ਹੈ ਨਾ ਤੇ ਮੱਛੀ ਵੀ ਤੁਸੀਂ ਘਰ ਲਿਆ ਕੇ ਹੀ ਉਹਦੀਆਂ ਬੋਟੀਆਂ ਬਣਾਉਣੀਆਂ ਨੇ ਮੱਛੀ ਵੀ ਤੁਸੀਂ ਆਪੇ ਹੀ ਸਾਫ ਕਰਨੀ ਹੁੰਦੀ ਹੈ ਤਾਂ ਹੁਵਾ ਇਹ ਮੇਰੇ ਸਾਥ ਕੇ ਸਭ ਤੋਂ ਪਹਿਲੇ ਜੋ ਹੈ ਨਾ ਅੱਛਾ ਆਪ ਲੋਕੋ ਨੇ ਅਗਲੀ ਵੀਡੀਓ ਮੇਂ ਮੈਨੂੰ ਬਤਾਨਾ ਹੈ ਕਿ ਮੈਂ ਵੀਡੀਓ ਉਰਦੂ ਮੇਂ ਬਣਾਇਆ ਕਰੂੰ ਯਾ ਪੰਜਾਬੀ ਮੇਂ ਬਣਾਇਆ ਕਰੂੰ ਤਾਂ ਫਿਰ ਇਨਸ਼ਾਅੱਲਾ ਉਸ ਹਿਸਾਬ ਸੇ ਬਣਾ ਕਰੇਗੀ ਤੋ ਸਭ ਤੋਂ ਪਹਿਲੇ ਤੋਂ ਮੈਂ ਆਪਕੋ ਟਿਪ ਦੇਤੀ ਹੂੰ ਇਸਕੀ ਨਾ ਸਕਿਨ ਉਤਾਰਨੇ ਕੀ ਕਿ ਆਪਨੇ ਜਬ ਵੀ ਇਸਕੀ ਸਕਿਨ ਉਤਾਰਨੀ ਹੈ ਨਾ ਇਹ ਕੀਨ ਕਰੋ ਜਦੋਂ ਮੈਂ ਸ਼ੁਰੂ ਸ਼ੁਰੂ ਚ ਗੋਸ਼ਤ ਬਣਾਣਾ ਸ਼ੁਰੂ ਕੀਤਾ ਸੀ ਨਾ ਮੈਂ ਬੜੇ ਦੇ ਨਾਲ ਕੋਲ ਕੀਤੇ ਸਨ ਕੋਲ ਵਾਲਾ ਹੀ ਹਿਸਾਬ ਸੀ ਮੇਰਾ ਜਵੇਂ ਮੈਂ ਦਾ ਕੁਛਤੀ ਨਹੀਂ ਲਾੜਦਾ ਗੋਸ਼ਤ ਨਾਲ ਉਹੀ ਹਿਸਾਬ ਸੀ ਮੇਰਾ ਐਂਡ ਦੇ ਆ ਕੇ ਜਿਹੜਾ ਉਹਦਾ ਲੱਤ ਦਾ ਉਹਦਾ ਗਿੱਟਾ ਹੁੰਦਾ ਹੈ ਨਾ ਕੁਕੜੀ ਦਾ ਉਤੋਂ ਖਾਲੀ ਸੀ ਲਾਤ ਦੀ ਉਤੇ ਆਗੇ ਨਾ ਉਹ ਕਦੀ ਟੁੱਟ ਜਾੜੀ ਕਦੀ ਮੈਨੂੰ ਛੁਰੀ ਨਾਲ ਕੱਟਣਾ ਗਦੀ ਕੋਸ਼ਿਸ਼ ਕਰਨਾ ਗਦੀ ਕੋਸ਼ਿਸ਼ ਕਰਨਾ ਫੇਰ ਇੱਕ ਦਿਨ ਮੇਰੇ ਜ਼ਿਹਨ 'ਚ ਆਇਆ ਕਿ ਆ ਨਾ ਟਿਸ਼ੂ ਵਾਲਾ ਟੋਟਕਾ ਯੂਜ਼ ਕਰ ਲੇ ਆ ਨਾ ਬਾਸ ਜੀ ਫੇਰ ਤੇ ਹੁਣ ਫਟਾਫਟ ਢਾੜੀ ਭੈਣ ਜਿਹੜੀ ਆ ਨਾ ਉਹ ਗੋਸ਼ਤ ਸਾਫ਼ ਕਰ ਗੁਰ ਕੇ ਮਿੰਟਾਂ 'ਚ ਪਰਾਂ ਮਾਰਦੀ ਏ ਤਾਂ ਉਸਕੇ ਲਈ ਆਪਕੋ ਕਰਨਾ ਏ ਕਿ ਕਿਚਨ ਰੋਲ ਕਾ ਆਪੇ ਇੱਕ ਟਿਸ਼ੂ ਲੈ ਲੇ ਉਸਕੇ ਸਾਥ ਆਪ ਉਸਕੀ ਸਕਿਨ ਉਤਾਰੇ ਉਸਸੇ ਇਹ ਏ ਕਿ ਆਪਕਾ ਹੱਥ ਨਹੀਂ ਫਿਸਲਤਾ ਔਰ ਸਕਿਨ ਮਜ਼ੇ ਸੇ ਯੂ ਚੁਟਕੀਆਂ ਮੇ ਉਤਰ ਜਾਂਦੀ ਹੈ ਤੇ ਉਹਦੇ ਨਾਲ ਆਇਆ ਸੀ ਵਧੀਆ ਜਿਹਾ ਇੱਕ ਟੋਕਾ ਲੈ ਕੇ ਰੱਖਿਆ ਹੋਇਆ ਏ ਟੋਕਾ ਮੈਨੂੰ ਬੜਾ ਪਸੰਦ ਏ ਗੋਸ਼ਤ ਬਣਾਉਣ ਲਈ ਤੇ ਪਹਿਲੇ ਜਦੋਂ ਮੈਂ گوشਤ ਬਣਾਉਣਾ ਸ਼ੁਰੂ ਕੀਤਾ ਸੀ ਨਾ ਇੱਕ ਦਿਨ ਤੇ ਤੁਸੀਂ ਯਕੀਨ ਕਰੋ ਕਿ ਪਹਿਲੀ ਦਫਾ ਜਿੱਦੜ ਮੈਂ ਬਣਾਇਆ ਨਾ گوشਤ ਮੇਰੇ ਕੋਲ ਸੀ ਵੱਡੀ ਛੁਰੀ ਨਾ ਮੇਰੇ ਮੀਆਂ ਤੇ ਉਹਦੇ ਨਾਲ ਹੀ ਬਣਾ ਕੇ ਦੇਂਦੇ ਸਨ ਤੇ ਮੈਂ ਕਿਹਾ ਲੋ ਅੱਜ ਅਸੀਂ ਵੀ ਉਹਦੇ ਨਾਲ ਹੀ ਬਣਾਨੇ ਆ ਪਰ ਜਿਹੜੀ ਮੈਂ ਉਹਦੇ ਨਾਲ ਘੋਲ ਕੀਤਾ ਉਹਨੂੰ ਬਣਾਉਣ ਲਈ ਉਹਦੇ ਲਈ ਮੈਂ ਉਹਨੂੰ ਪਹਿਲੇ ਉਹਨੂੰ ਵੈਸੇ ਉਤਮ ਕਰਦੀ ਰਹੀ ਬਥੇਰਾ ਜ਼ੋਰ ਲਾਉਂਦੀ ਰਹੀ ਕੋਈ ਨਾ ਬੋਟੀ ਕੋਈ ਨਾ ਮੇਰੇ ਕੋਲ ਹੱਡੀ ਨਾ ਕੱਟੀ ਜਾਏ ਫੇਰ ਮੈਂ ਯਕੀਨ ਕਰੋ ਥੋੜੀ ਲੱਗੀਈ ਮੈਂ ਉਹਦੇ ਉੱਤੇ ਪਹਿਲੇ ਉਹਨੂੰ ਚੁਰੀ ਦੇ ਉੱਤੇ ਜਿਹੜਾ ਹੈ ਨਾ ਵੇਲਣ ਰੱਖ ਕੇ ਨਾ ਤੇ ਉਹਨੂੰ ਚੰਗੀ ਤਰ੍ਹਾਂ ਉਤੋਂ ਕੁੱਟਿਆ ਕੇ ਸ਼ਾਇਦ ਹੱਡੀ ਦੀ ਨਾ ਕੱਟੀ ਜਾਏ ਫਿਰ ਵੀ ਨਾ ਹੱਡੀ ਕੱਟੀ ਗਈ ਫਿਰ ਮੈਂ ਹਾ ਥੋੜੀ ਨਾਲ ਜ਼ੋਰ ਅਜ਼ਮਾਈ ਕੀਤੀ ਕਿ ਚੁਰੀ ਰੱਖ ਕੇ ਨਾ ਮੈਂ ਉਤੋਂ ਥੋੜੀ ਜ਼ੋਰ ਜ਼ੋਰ ਦੀ ਮਾਰੀ ਕਿ ਇਹ ਨਾ ਹੱਡੀਆਂ ਦੀ ਕੱਟੀ ਜਾਏ ਨਾ ਯਾਨੀ ਕਿ ਬੜਾ ਔਖਾ ਮੇਰੇ ਲਈ ਹੋਇਆ ਲੇਕਿਨ ਉਹਦੇ ਤੋਂ ਬਾਅਦ ਨਾ ਫਿਰ ਇਹ ਜ਼ਿੰਦਾਬਾਦ ਸਾਨੂੰ ਇੱਕ ਟੋਕਾ ਲਾਵਿਆ ਇਹ ਟੋਕਾ ਬੜਾ ਜ਼ਬਰਦਸਤ ਏ ਤੇ ਹੁਣ ਇਹਦੇ ਨਾਲ ਫਟਾਫਟ ਮੈਂ ਗੋਸ਼ਤ ਬਣਾ ਲੈਨੀ ਆ ਤੇ ਨਾ ਬੜਾ ਆਸਾਨ ਮੈਨੂੰ ਲੱਗਦਾ ਗੋਸ਼ਤ ਬਣਾਉਣਾ ਐ ਮੇਰਾ ਸਭ ਤੋਂ ਵੱਡਾ ਦੁਖੜਾ ਜੇ ਯੂਰਪ ਆਉਣ ਦਾ ਜਿਹੜਾ ਹੈ ਨਾ ਕਿ ਗੋਸ਼ਤ ਵੀ ਇੱਥੇ ਤੁਹਾਨੂੰ ਜਿਹੜਾ ਹੈ ਨਾ ਉਹ ਸਾਫ਼ ਨਹੀਂ ਮਿਲਦਾ ਤੁਹਾਨੂੰ ਆਪੇ ਹੀ ਸਾਫ਼ ਕਰਨਾ ਪੈਂਦਾ ਕਰਮਾਂ ਵਾਲੇ ਐਸੇ ਨੇ ਨਾ ਇਹ ਯੂਰਪੀਅਨ ਕਿ ਤੁਹਾਨੂੰ ਇਹ ਖੱਲ ਵੀ ਨਹੀਂ ਲਾ ਕੇ ਦਿੰਦੇ ਕਿ ਬੋਟੀਆਂ ਬਣਾਉਣਾ ਤੇ ਦੂਰ ਦੀ ਗੱਲ ਹੈ ਨਾ ਬੋਟੀਆਂ ਤੇ ਫਿਰ ਵੀ ਕੋਈ ਤੁਹਾਨੂੰ ਲੈਗ ਪੀਸ ਦੀਆਂ ਬੜੀਆਂ ਬਣਾਈਆਂ ਮਿਲ ਜਾਂਦੀਆਂ ਨੇ ਲੇਕਿਨ ਮਾਸ਼ਾਅੱਲਾ ਖੱਲ ਹੁੱਤੇ ਹੀ ਹੁੰਦੀ ਹੈ ਉਹ ਤੁਸੀਂ ਆਪੇ ਹੀ ਕਰ ਲਿਆ ਕਿ ਲਾਣੀ ਲੂਣੀ ਹੈ ਸਾਫ ਕਰਨੀ ਹੈ ਤੇ ਫਿਰ ਤੁਸੀਂ ਬਣਾ ਬਣੂ ਕੇ ਜਿਹੜਾ ਨਾ ਉਹ ਖਾਣਾ ਹੁਣ ਵੇਖੋ ਜਰਾ ਢਾੜੀ ਪੈਣ ਕਿੰਨੀ ਐਕਸਪਰਟ ਹੋ ਗਈ ਹੋਈ ਹੈ। ਗੋਸ਼ਤ ਬਣਾਉਣ ਦੇ ਵਿੱਚ ਤੇ ਐ ਲੋ ਜੀ ਹੁਣ ਅਸੀਂ ਫਟਾਫਟ ਗੋਸ਼ਤ ਬਣਾ ਲਿਆ ਤੇ ਵੀਡੀਓ ਚ ਮੈਂ ਬੜੀ ਐਫਰਟ ਕੀਤੀ ਜੇ ਤੇ ਇਸ ਤੋਂ ਜ਼ਰੂਰ ਦੱਸਿਓ ਜੇ ਤੁਹਾਨੂੰ ਵੀਡੀਓ ਕਿ ਐਸੀ ਲੱਗੀ ਹੈ ਤੇ ਐ ਜਿਹੇ ਯੂਰਪੀਆਂ ਦੇ ਪਰਦੇਸੀਆਂ ਦੇ ਦਿਲ ਦੇ ਦੁਖੜੇ ਸਨ ਜਿਹੜੇ ਮੈਂ ਆ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਪਲੀਜ਼ ਅੱਗੇ ਜ਼ਰੂਰ ਸ਼ੇਅਰ ਕੀ ਕਰਦੇ ਹੋ ਜੇ ਲਾਈਕ ਕਰਦੇ ਹੋ ਜੇ तो ये देखे कैसा ज़बरदस्ता मैंने गोश्त बनाया आय हाय स्वाद आ जाता अब तो मुझे अपने मियाँ के हाथ का भी बनाया हुआ गोश्त नहीं पसंद आता तो वीडियो पसंद आए तो लाइक ज़रूर कीजिएगा शेयर ज़रूर कीजिएगा अल्लाह हाफिज़